ਪੰਜਾਬ ਦਾ ਧਰਾਤਲ ਉੱਨੀ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਇੱਕ ਹੀ ਦੇਸ਼ ਸੀ। ਇਹ ਜਿਹੜਾ ਤੁਸੀਂ ਨਕਸ਼ਾ ਦੇਖ ਰਹੇ ਹੋ ਇਹ ਉੱਨੀ ਤੋਂ ਪਹਿਲਾਂ ਦਾ ਨਕਸ਼ਾ ਹੈ ਜਿਸ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਇਕੱਠੇ ਹਨ। ਉੱਨੀ ਤੋਂ ਪਹਿਲਾਂ ਪਾਕਿਸਤਾਨ ਭਾਰਤ ਦਾ ਹੀ ਇੱਕ ਹਿੱਸਾ ਸੀ ਅਤੇ ਭਾਰਤ ਇੱਕ ਬਹੁਤ ਹੀ ਵਿਸ਼ਾਲ ਦੇਸ਼ ਸੀ। ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੇ ਪਾਣੀਆਂ ਕਾਰਨ ਬਹੁਤ ਹੀ ਉਪਜਾਊ ਸੀ। ਇਸ ਦੇ ਉਪਜਾਊ ਹੋਣ ਦੇ ਕਾਰਨ ਹੀ ਇਹ ਧਰਤੀ ਹਮੇਸ਼ਾ ਤੋਂ ਹੀ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਹੁੰਦੀ ਰਹੀ ਹੈ। ਉੱਨੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਹ ਜਿਹੜਾ ਲਾਲ ਆਕ੍ਰਿਤੀ ਦੇ ਵਿੱਚ ਹੈ ਪਾਕਿਸਤਾਨ ਔਰ ਬਾਕੀ ਦਾ ਜਿਹੜਾ ਹਰਾ ਕਲਰ ਨਜ਼ਰ ਆ ਰਿਹਾ ਹੈ ਇਹ ਭਾਰਤ ਦਾ ਹਿੱਸਾ ਹੈ। ਪਾਕਿਸਤਾਨ ਇੱਕ ਅਲੱਗ ਦੇਸ਼ ਬਣ ਗਿਆ ਉੱਨੀ ਦੇ ਵਿੱਚ ਅਤੇ ਭਾਰਤ ਦਾ ਬਹੁਤ ਸਾਰਾ ਉਪਜਾਊ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ। ਪੰਜਾਬ ਦੇ ਦੋ ਹਿੱਸੇ ਹੋ ਗਏ। ਪੰਜਾਬ ਦੀਆਂ ਕੇਵਲ ਦੋ ਨਦੀਆਂ ਹੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਵਗਦੀਆਂ ਹਨ ਜਿਹਦੇ ਵਿੱਚ ਬਿਆਸ ਅਤੇ ਸਤਲੁਜ ਹੈ ਅਤੇ ਕੁਝ ਹਿੱਸਾ ਰਾਵੀ ਦਾ ਪੰਜਾਬ ਦੇ ਵਿੱਚ ਹੈ ਜਦਕਿ ਬਹੁਤਾ ਹਿੱਸਾ ਜਿਹੜਾ ਹੈ ਉਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਵਗਦਾ ਹੈ। ਇਹ ਨਕਸ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇਹ ਜੋ ਲਕੀਰ ਹੈ ਇਹਦੇ ਅੰਦਰ ਜੋ ਨਕਸ਼ਾ ਹੈ ਇਹ ਮੌਜੂਦਾ ਪੰਜਾਬ ਦਾ ਹੈ। ਇਹ ਉੱਪਰ ਅੰਮ੍ਰਿਤਸਰ, ਇਹ ਜਲੰਧਰ ਹੈ, ਲੁਧਿਆਣਾ, ਬਠਿੰਡਾ, ਪਟਿਆਲਾ, ਚੰਡੀਗੜ੍ਹ ਔਰ ਬਾਕੀ ਦਾ ਜਿਹੜਾ ਹਿੱਸਾ ਹੈ ਇਹ ਸਾਰਾ ਇਹ ਪੁਰਾਣਾ ਪੰਜਾਬ ਹੈ। ਇਹਦੇ ਵਿੱਚੋਂ ਵੀ ਦੇਖੀਏ ਤਾਂ ਇਹ ਨੀਚਲਾ ਹਿੱਸਾ ਜਿਹੜਾ ਹੈ ਇਹ ਹਰਿਆਣਾ ਦੇ ਵਿੱਚ ਚਲਾ ਗਿਆ ਹੈ ਜਦਕਿ ਇਹ ਹਰੇ ਵਾਲਾ ਸਲਾਈਡਸ ਜੋ ਮੈਂ ਕਰ ਰਿਹਾ ਹਾਂ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਚਲਾ ਗਿਆ ਹੈ। ਇਸ ਸਲਾਈਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਪੰਜਾਬ ਦਾ ਬਹੁਤ ਜ਼ਿਆਦਾ ਹਿੱਸਾ ਗਿਆ ਹੈ ਜਦਕਿ
ਸਾਡੇ ਮੌਜੂਦਾ ਪੰਜਾਬ ਜਿਹੜਾ ਹੈ ਉਹ ਬਹੁਤ ਹੀ ਛੋਟਾ ਜਿਹਾ ਪਾਰਟ ਬਣ ਗਿਆ ਹੈ। ਜਿਹੜਾ ਕਿ ਇਸਦਾ ਨਿਚਲਾ ਹਿੱਸਾ ਸੀ ਉਹ ਹਰਿਆਣਾ ਦੇ ਵਿੱਚ ਅਤੇ ਉੱਪਰਲਾ ਹਿੱਸਾ ਜਿਹੜਾ ਹੈ ਉਹ ਹਿਮਾਚਲ ਦੇ ਵਿੱਚ ਚਲਾ ਗਿਆ। ਇਹ ਹੈ ਭਾਰਤ ਦੇ ਨਕਸ਼ੇ ਦੇ ਉੱਪਰ ਪੰਜਾਬ ਦੀ ਮੌਜੂਦਾ ਸਥਿਤੀ। ਪੰਜਾਬ ਭਾਰਤ ਦੇ ਬਿਲਕੁਲ ਉੱਤਰ ਵਾਲੇ ਪਾਸੇ 'ਤੇ ਪੈਂਦਾ ਹੈ, ਜੰਮੂ ਕਸ਼ਮੀਰ ਤੋਂ ਨੀਚੇ, ਔਰ ਇਹ ਸਾਰਾ ਮੌਜੂਦਾ ਪੰਜਾਬ ਹੈ। ਇਸ ਪੰਜਾਬ ਦੇ ਇਸ ਉੱਤਰ ਵਾਲੇ ਹਿੱਸੇ ਦੇ ਵਿੱਚ ਜੰਮੂ ਕਸ਼ਮੀਰ ਹੈ ਅਤੇ ਦੂਸਰੀ ਸਾਈਡ 'ਤੇ ਹਿਮਾਚਲ ਪ੍ਰਦੇਸ਼, ਜਦਕਿ ਨੀਚੇ ਵਾਲੇ ਸਾਈਡ 'ਤੇ ਹਰਿਆਣਾ ਪੈਂਦਾ ਹੈ ਅਤੇ ਹਰਿਆਣੇ ਦੇ ਨਾਲ ਨੀਚੇ ਹੀ ਰਾਜਸਥਾਨ। ਇਹ ਨਕਸ਼ਾ ਜੋ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਮੌਜੂਦਾ ਪੰਜਾਬ ਹੈ, ਜਦਕਿ ਅਗਲੀ ਸਲਾਈਡ ਦੇ ਵਿੱਚ ਦੋ ਅਸੀਂ ਦੇਖਦੇ ਹਾਂ ਕਿ ਪੰਜਾਬ ਜੋ ਕਿ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਅੱਧਾ ਹਿੱਸਾ ਭਾਰਤ ਅਤੇ ਬਹੁਤ ਸਾਰਾ ਹਿੱਸਾ ਜਿਹੜਾ ਹੈ ਪੰਜਾਬ ਦੇ ਵਿੱਚ ਚਲਾ ਗਿਆ। 1947 ਦੇ ਵਿੱਚ ਇਸ ਦੇ ਦੋ ਟੁਕੜੇ ਹੋ ਗਏ ਸਨ ਅਤੇ ਪੰਜਾਬ ਦੇ ਵੀ ਦੋ ਟੁਕੜੇ ਹੋ ਗਏ ਉਸ ਵੇਲੇ, ਜਦੋਂ ਤਾਂ ਅੱਧਾ ਪੰਜਾਬ ਜਿਹੜਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਅਤੇ ਬਾਕੀ ਬਹੁਤ ਸਾਰਾ ਪੰਜਾਬ ਦਾ ਥੋੜ੍ਹਾ ਹਿੱਸਾ ਜਿਹੜਾ ਹੈ ਉਹ ਸਾਡੇ ਭਾਰਤ ਦੇ ਵਿੱਚ ਰਿਹਾ। ਇਸ ਨਕਸ਼ੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਖੱਬੇ ਪਾਸੇ ਵੈਸਟ ਪੰਜਾਬ ਹੈ ਔਰ ਸੱਜੇ ਪਾਸੇ ਸਾਡਾ ਮੌਜੂਦਾ ਪੰਜਾਬ ਹੈ ਜਿਹੜਾ ਕਿ ਭਾਰਤ ਦੇ ਵਿੱਚ ਪੈਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਧਰਤੀ ਦੇ ਉਪਜਾਊ ਹੋਣ ਕਾਰਨ ਹੀ ਬਹੁਤ ਸਾਰੇ ਵਿਦੇਸ਼ੀ ਹਮਲਾਵਰ ਇੱਥੇ ਆਉਂਦੇ ਰਹੇ ਨੇ ਅਤੇ ਹਮਲੇ ਕਰਦੇ ਰਹੇ। ਹਰ ਕੋਈ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ, ਪਰੰਤੂ ਇਸ ਧਰਤੀ ਦੀਆਂ ਨਦੀਆਂ ਅਤੇ ਪਰਬਤਾਂ ਨੇ ਵੀ ਇਹਦੇ ਇਤਿਹਾਸ 'ਤੇ ਡੂੰਘਾ ਅਸਰ ਪਾਇਆ ਹੈ। ਆਓ ਇਸ ਦੇ ਪੁਰਾਣੇ ਇਤਿਹਾਸ ਨੂੰ ਪੜ੍ਹਨ ਤੋਂ ਪਹਿਲਾਂ ਇਸ ਦੇ ਭੂਗੋਲ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾਂ ਦੇਖਦੇ ਹਾਂ ਪੰਜਾਬ ਦੇ ਦਰਿਆ। ਇਹਦੇ ਵਿੱਚ ਪ੍ਰਾਚੀਨ ਪੰਜਾਬ ਦੇ ਵਿੱਚ ਲੜੀਵਾਰ ਦਰਿਆ ਹਨ। ਸਭ ਤੋਂ ਪਹਿਲਾਂ ਸਤਲੁਜ ਹੈ, ਇਸ ਤੋਂ ਬਾਅਦ ਬਿਆਸ, ਰਾਵੀ, ਚਿਨਾਬ, ਜੀਲਮ ਔਰ ਅਖੀਰ ਦੇ ਵਿੱਚ ਸਿੰਧ ਦਰਿਆ ਆਉਂਦਾ ਹੈ। ਪੰਜਾਬ ਦੇ ਇਹਨਾਂ ਦਰਿਆਵਾਂ ਨੇ ਪੰਜਾਬ ਦੀ ਮਿੱਟੀ ਨੂੰ ਬਹੁਤ ਹੀ ਉਪਜਾਊ ਬਣਾ ਕੇ ਰੱਖਿਆ ਹੈ। ਇਹਨਾਂ ਦਰਿਆਵਾਂ ਦੇ ਕਾਰਨ ਹੀ ਪੰਜਾਬ ਕਈ ਦੁਆਬਿਆਂ ਦੇ ਵਿੱਚ ਵੰਡਿਆ ਗਿਆ ਹੈ
ਇੱਕ ਨਦੀ ਤੋਂ ਦੂਸਰੀ ਨਦੀ ਦੇ ਵਿਚਕਾਰ ਦਾ ਜਿਹੜਾ ਖੇਤਰ ਹੈ ਉਸਨੂੰ ਦੁਆਬਾ ਆਖਦੇ ਹਨ। ਔਰ ਹਰ ਨਦੀ ਦਾ ਪਹਿਲਾ ਨਾਮ ਲੈ ਕੇ ਦੁਆਬੇ ਦਾ ਨਾਮ ਰੱਖਿਆ ਗਿਆ ਹੈ। ਅਸੀਂ ਇਹਨਾਂ ਦੇ ਵਿੱਚ ਦੇਖਦੇ ਹਾਂ, ਸਭ ਤੋਂ ਪਹਿਲਾਂ ਬਿਸਤ ਦੁਆਬਾ ਹੈ। ਬਿਸਤ ਦੁਆਬਾ ਜਿਹੜਾ ਹੈ ਪਹਿਲਾਂ ਅੱਖਰ ਬਿਆਸ ਤੋਂ ਬਣਿਆ ਅਤੇ ਦੂਸਰਾ ਜਿਹੜਾ ਹੈ ਉਹ ਸਤਲੁਜ ਤੋਂ, ਇਹਨਾਂ ਦੋਨਾਂ ਅੱਖਰਾਂ ਨੂੰ ਮਿਲਾ ਕੇ ਬਿਸਤ ਬਣਿਆ ਹੈ। ਇਸੇ ਤਰ੍ਹਾਂ ਹੀ ਇਹ ਨਦੀ ਜਿਹੜੀ ਜਾ ਰਹੀ ਹੈ ਇਹ ਰਾਵੀ ਹੈ ਅਤੇ ਇਸ ਸਾਈਡ 'ਤੇ ਜਿਹੜੀ ਜਾ ਰਹੀ ਨਦੀ ਇਹ ਬਿਆਸ ਹੈ। ਬਿਆਸ ਤੋਂ ਬੱਬਾ ਅੱਖਰ ਔਰ ਰਾਵੀ ਤੋਂ ਰਰਾ ਅੱਖਰ ਲੈ ਕੇ ਬਾਰੀ ਦੁਆਬ ਜਿਹੜਾ ਇਹ ਬਣ ਜਾਂਦਾ ਹੈ। ਔਰ ਇਸ ਤੋਂ ਅੱਗੇ ਰਾਵੀ ਦਾ ਪਹਿਲਾ ਅੱਖਰ ਔਰ ਰਾਵੀ ਤੋਂ ਅਗਲੀ ਨਦੀ ਚਿਨਾਬ ਦਾ ਪਹਿਲੇ ਦੋ ਅੱਖਰ ਲੈ ਕੇ ਰਚਨਾ ਦਾ ਦੁਆਬ ਜਿਹੜਾ ਹੈ ਉਹ ਆਉਂਦਾ ਹੈ। ਰਚਨਾ ਦੁਆਬ ਤੋਂ ਅੱਗੇ ਜੋ ਨਦੀਆਂ ਹਨ ਜੇਹਲਮ ਅਤੇ ਚਿਨਾਬ, ਚਿਨਾਬ ਦਾ ਪਹਿਲਾ ਅੱਖਰ ਚੱਚਾ ਅਤੇ ਜੇਹਲਮ ਦਾ ਪਹਿਲਾ ਅੱਖਰ ਜੱਜਾ ਲੈ ਕੇ ਚੱਜ ਦੁਆਬ। ਲੇਕਿਨ ਜਿਹੜਾ ਅਖੀਰ ਦੇ ਵਿੱਚ ਜੇਹਲਮ ਔਰ ਸਿੰਧ ਦਰਿਆ ਦੇ ਵਿੱਚ ਜੋ ਦੁਆਬ ਪੈਂਦਾ ਹੈ ਉਹਨੂੰ ਅਸੀਂ ਸਿੰਧ ਸਾਗਰ ਦਾ ਨਾਮ ਆਖਦੇ, ਸਿੰਧ ਸਾਗਰ ਆਖ ਕੇ ਬੁਲਾਉਂਦੇ। ਤੋ ਇਹ ਸਾਡੀਆਂ ਜੋ ਨਦੀਆਂ ਹਨ ਇਹਨਾਂ ਨੇ ਅਲੱਗ ਅਲੱਗ ਦੁਆਬਿਆਂ ਦਾ ਨਿਰਮਾਣ ਕੀਤਾ ਹੈ। ਇਹਦੇ ਵਿੱਚ ਅਸੀਂ ਅਲੱਗ ਅਲੱਗ ਕਲਰ ਦੇ ਨਾਲ ਇਹਨਾਂ ਦੁਆਬਿਆਂ ਨੂੰ ਦੇਖ ਸਕਦੇ ਹਾਂ। ਇਹਨਾਂ ਨਦੀਆਂ ਔਰ ਦੁਆਬਿਆਂ ਤੋਂ ਬਾਅਦ ਇਸ ਦੇ ਬਿਲਕੁਲ ਖੱਬੇ ਪਾਸੇ ਕੁਝ ਪਹਾੜੀ ਰਸਤੇ ਹਨ ਜਿਨ੍ਹਾਂ ਤੋਂ ਵਿਦੇਸ਼ੀ ਹਮਲਾਵਰ ਜਿਹੜੇ ਨੇ ਉਹ ਹਮਲਾ ਕਰਨ ਦੇ ਵਾਸਤੇ ਆਉਂਦੇ ਰਹੇ ਨੇ। ਔਰ ਇਹਨਾਂ ਰਸਤਿਆਂ ਦੇ ਅਲੱਗ ਅਲੱਗ ਨਾਮ ਨੇ ਜਿਨ੍ਹਾਂ ਨੂੰ ਅਸੀਂ ਦਰੇ ਵੀ ਆਖਦੇ ਹਾਂ। ਔਰ ਇਹਨਾਂ ਦਰਿਆਂ ਦੇ ਅਲੱਗ ਅਲੱਗ ਨਾਮ ਜਿਹੜੇ ਰੱਖੇ ਹੋਏ ਨੇ, ਉੱਪਰ ਤੋਂ ਨੀਚੇ ਤੱਕ ਅਲੱਗ ਅਲੱਗ ਦਰੇ ਨੇ। ਸਭ ਤੋਂ ਪਹਿਲਾਂ ਖੈਬਰ ਦਰਾ, ਕੁਰਮ ਦਰਾ, ਟੋਚੀ, ਬੋਲਨ ਔਰ ਗੋਮਲ। ਤੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦਾ ਜੋ ਇਤਿਹਾਸ ਹੈ ਉਸਦੇ ਉੱਪਰ ਭੂਗੋਲ ਨੇ ਆਪਣਾ ਬਹੁਤ ਹੀ ਡੂੰਘਾ ਅਸਰ ਪਾਇਆ ਹੈ। ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਪ੍ਰੈਜੈਂਟੇਸ਼ਨ। ਆਪ ਦਾ ਬਹੁਤ ਬਹੁਤ ਧੰਨਵਾਦ।